ਅਸਲਾਮੁਆਲੇਕਮ ਮੇਰੇ ਦੋਸਤੋ ਵੀਰੋ ਭਾਈਓ ਕੀ ਹਾਲ ਚਾਲ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਦੋਸਤ ਭਾਈ ਯਾਰ ਮੇਰੇ ਠੀਕ ਠਾਕ ਹੋਣਗੇ ਖੈਰ ਖਰੀਤ ਨਾਲ ਹੋਣਗੇ ਜਨਾਬ ਅੱਜ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਮੈਂ ਆਪਣੇ ਡੇਰੇ ਦੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਮੈਂ ਦੁਬਾਰਾ ਤੋਂ ਆਪਣੀਆਂ ਕੰਨਾਂ ਜਿਹੜੀਆਂ ਨੇ ਮਿੱਟੀ ਦੀਆਂ ਬਣਾਈਆਂ ਸੀ ਅਸੀਂ ਇਹਨਾਂ ਦੀ ਲਪਾਈ ਸ਼ੁਰੂ ਕਰਾਈ ਹੋਈ ਹੈ ਤੇ ਮਾਸ਼ੱਲਾ ਬੰਦੇ ਲੱਗੇ ਹੋਏ ਨੇ ਕੰਮ ਤੇ ਇਹ ਆ ਦੇਖੋ ਮਾਸ਼ੱਲਾ ਕੱਲ ਇਹਨਾਂ ਨੇ ਕੀਤਾ ਸੀਗਾ ਕੰਮ ਥੋੜਾ ਜਿਹਾ ਤੇ ਆ ਤੁਸੀਂ ਦੇਖ ਸਕਦੇ ਆ ਇਹ ਬੜੀ ਦੇਰ ਪਾ ਜਿਹੜੀ ਰਹਿਣ ਵਾਲੀ ਚੀਜ਼ ਹੈਗੀ ਮਿੱਟੀ ਦੀਆਂ ਦੁਵਾਰਾਂ ਜਿਹੜੀਆਂ ਨੇ ਇਹਨਾਂ ਦੀ ਬਸ ਸਾਲ ਛੇ ਅੱਧੀ ਵਾਰੀ ਜਿਹੜੀ ਲਪਾਈ ਹੁੰਦੀ ਰਵੇ ਤੇ ਇਹ ਜਿਹੜਾ ਵਾ ਕਿਤੇ ਵੀ ਨਹੀਂ ਜਾਂਦੀਆਂ ਪੁਰਾਣੇ ਲੋਕ ਜਿਹੜੇ ਨੇ ਉਹ ਇਹਨਾਂ ਬਾਰੇ ਇਹ ਕਹਿੰਦੇ ਨੇ ਕਿ ਜਿਹੜੀਆਂ ਮਿੱਟੀ ਦੀਆਂ ਦੁਵਾਰਾਂ ਨੇ ਇਹਨਾਂ ਨੂੰ ਜਲਦੀ ਸੰਨ ਨਹੀਂ ਲੱਗਦੀ ਚੋਰ ਨਹੀਂ ਪੈਂਦੇ ਕਿਉਂਕਿ ਇਹ دیوار ਜਿਹੜੀ ਆਮ ਸੀਮਿੰਟ ਦੀ دیوار ਨਾਲੋਂ ਇੱਟਾਂ ਦੀ دیوار ਨਾਲੋਂ ਜਿਹੜੀ ਹੈ ਜ਼ਿਆਦਾ ਮੋਟੀ ਹੁੰਦੀ ਹੈ ਤੇ ਪਾਇਦਾਰ ਹੁੰਦੀ ਆ ਤੁਹਾਡੇ ਸਾਹਮਣੇ ਤੁਸੀਂ ਇੱਥੋਂ ਇਹਨੂੰ ਅੰਦਾਜ਼ਾ ਲਾ ਲਓ ਕਿ دیوار ਜਿਹੜੀ ਆ ਉਹ ਇਹਦੀ ਮੋਟਾਈ ਕੀ ਆ ਤੇ ਪਿੱਛੇ ਸੀਮਿੰਟ ਦੀ دیوار ਬਣਾਈ ਹੋਈ ਆ ਉਹਦੀ ਕੀ ਮੋਟਾਈ ਆ ਇਹ ਇਹ ਦੇਖੋ ਜਨਾਬ ਇਹ دیوار ਜਨਾਬ ਭਾਈ ਇਹ ਅੱਧੀ ਅੰਦਰਲੀ ਸਾਈਡ ਤੇ ਤੇ ਅੱਧੀ ਹੈ ਇਹ ਬਾਹਰਲੀ ਸਾਈਡ ਤੇ ਆ ਤੇ ਇਹ ਅਗੇ ਸਿਮਿੰਟ ਦੀ ਦੀਵਾਰ ਠੀਕ ਆ ਇਹ ਤੁਸੀਂ ਦੇਖ ਸਕਦੇ ਆ ਤੋੜ ਸਿਮਿੰਟ ਦੀ ਦੀਵਾਰ ਇੱਟਾਂ ਦੀ ਤੇ ਬਜ਼ੁਰਗ ਸਾਡੇ ਕਹਿੰਦੇ ਨੇ ਕਿ ਜਿਹੜੇ ਮਤਲਬ ਲੋਕ ਨੇ ਬਡੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਦੀਵਾਰ ਹੈ ਇਹਨੂੰ ਸਾਨ ਦੇ ਨੀਚੇਤੀ ਲੱਗਦੇ ਇੱਕ ਤੇ ਦੂਸਰੀ ਗੱਲ ਚੋਰ ਨਹੀਂ ਪੈਂਦੇ ਵਜ੍ਹਾ ਇਹ ਵਾ ਕਿ ਉਹਨੂੰ ਜ਼ਿਆਦਾ ਕਹਿੰਦੇ ਨੇ ਮਿਹਨਤ ਕਰਨੀ ਪੈਂਦੀ ਹੈ। ਇੱਟਾਂ ਵਾਲੀ ਸਿਮੇਂਟ ਵਾਲੀ ਦੀਵਾਰ ਜਿਹੜੀ ਹੈ ਉਹ ਛੇਤੀ ਟੁੱਟ ਜਾਂਦੀ ਏ ਛੇਤੀ ਟੁੱਟਦੀ ਨਹੀਂ ਹੈ। ਇਹ ਬਾਹਰਲੀ ਸਾਈਡ ਤੇ ਡੇਰੇਆਂ ਵਾਸਤੇ ਹੋ ਗਈ ਜਾਂ ਲੋਕਾਂ ਨੇ ਹਈ ਵੀ ਜਿਹੜੇ ਨੇ ਉਹਨਾਂ ਨੇ ਕਈ ਘਰ ਇਦਾਂ ਦੇ ਜਿਨ੍ਹਾਂ ਨੇ ਹਈ ਵੀ ਮਿੱਟੀ ਦੀਆਂ ਦੀਵਾਰਾਂ ਬਣਾਈਆਂ ਸਿਰਫ ਇਸੇ ਵਜ੍ਹਾ ਤੋਂ ਕਿ ਦੀਵਾਰ ਜਿਹੜੀ ਜਾਂਦੀ ਪਾਹੇਦਾਰੀ ਬਹੁਤ ਜ਼ਿਆਦਾ। ਆ ਦੇਖੋ ਮਾਸ਼ੱਲਾ ਉਹ ਅਗਲੀ ਦੀਵਾਰ ਤੇ ਬੈਕ ਸਾਈਡ ਤੇ ਜਿਹੜੀ ਦੀਵਾਰ ਉਹ ਵੀ ਇਦਾਂ ਹੀ ਮਿੱਟੀ ਦੀ ਬਣਾਈ ਹੋਈ ਹੈ। ਨਮੇ ਦਿਖਣਾ ਨਾਲ ਨਾਲ ਇਹ ਪਹਿਲੇ ਜਨਾਬ ਇਹੇ ਥੋੜਾ ਬਹੁਤ ਮਿੱਟੀ ਦੇ ਢੇਰ ਛੇਰ ਲੱਗੇ ਹੋਏ ਸੀ ਇਹ ਜਿੱਦਾਂ ਕਿ ਆ ਦੇਖੋ ਇਹ ਹਈਏ ਵੀ ਹੈ ਨੇ ਤੇ ਇਨਸ਼ਾਅੱਲਾ ਇਹਨੂੰ ਆ ਥੋੜੇ ਦਿਨਾਂ ਦੇ ਵਿੱਚ ਨਵੀਂ ਵੀਡੀਓ ਪਾਵਾਂਗੇ ਉਸ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕੋਈ ਚੀਜ਼ ਜਿਹੜੀ ਆ ਉਹ ਮਿੱਟੀ ਛਿੱਟੀ ਇਹ ਉਹ ਸਾਰਾ ਕੁਝ ਜਿਹੜਾ ਬਰਾਬਰ ਕਰਕੇ ਤੇ ਸੋਣਾ ਇਹਨੂੰ ਸੋਹਣੇ ਤਰੀਕੇ ਨਾਲ ਜਿਹੜਾ ਨਾ ਇਹਨੂੰ ਲੈਵਲ ਕਰਾਂਗੇ ਆ ਦੇਖੋ ਜਨਾਬ ਮਿੱਟੀ ਦੀ ਤੇ ਗਾਰੇ ਦੀ ਦੀਵਾਰ ਜਿਹੜੀ ਇਹਦੇ ਵਿੱਚ ਜਨਾਬ ਉਹਨਾਂ ਨੇ ਮਿੱਟੀ ਗਾਰਾ ਤੇ ਗੋਆ ਵਗੈਰਾ ਸ਼ਾਮਿਲ ਕੀਤਾ ਹੋਇਆ ਉਹ ਸਾਹਮਣੇ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਗੋਆ ਵਗੈਰਾ ਇਕੱਠਾ ਕਰਕੇ ਰੱਖਿਆ ਹੈ ਇਹਦੀ ਕਹਾਣੀ ਬਣਾਣਗੇ ਮੁੜਕੇ ਇਹਨੂੰ ਜਿਹੜਾ ਵਾ ਇਹ ਲੇਪ ਕਰਨਗੇ ਜਨਾਬ ਇਹ ਛੱਤ ਦੇ ਉੱਪਰ ਵੀ ਜਿਹੜਾ ਵਾ ਉਹ ਸਾਰਾ ਮਿੱਟੀ ਦਾ ਕੰਮ ਹੋਇਆ ਇਨਸ਼ਾਅੱਲਾ ਇਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਆਜੋ ਤੁਹਾਨੂੰ ਮੈਂ 12ਵਾਂ ਦਿਖਾਣਾ ਜਨਾਬ ਇਹਦਾ ਸੂਰਤਿਆਲ ਇਹ ਦੇਖੋ ਸਰਕਾਰ ਇਹ 12ਵਾਂ ਵੀ ਮਾਸ਼ੱਲਾ ਪੂਰੀ ਅچھے ਤਰੀਕੇ ਨਾਲ ਜਿਹੜਾ ਇਹਨੂੰ ਉਹਨਾਂ ਨੇ ਤਿਆਰ ਕੀਤਾ ਹੁੰਦੇ ਆ ਨੇ ਬੜੀ ਮਿਹਨਤ ਦਾ ਕੰਮ ਹੁੰਦਾ ਜੀ ਇਹ ਇਹ ਦੇਖੋ ਜਨਾਬ ਅੰਦਰੋਂ ਦੀਵਾਰ ਜਿਹੜੀ ਆ ਉਹਦੀ ਹਾਈਟ ਜਿਹੜੀ ਥੋੜੀ ਜੀ ਘੱਟ ਲੱਗਦੀ ਯਾਰ ਮਸਲਾ ਇਹ ਵਾ ਕਿ ਅੰਦਰੋਂ ਮਿੱਟੀ ਪਾ ਕੇ ਅਸੀਂ ਉੱਚਾ ਕੀਤਾ ਹੋਇਆ ਤੇ ਇਹ ਬਾਹਰਲੇ ਸਾਈਡ ਤੋਂ ਦੇਖੋ ਜਨਾਬ ਦੀਵਾਰ ਇਹਦੀ ਚੰਗੀ ਪਲੀ ਜਿਹੜੀ ਐ ਲੈਂਥ ਹੈ ਚੰਗੀ ਪਲੀ ਯਸਮੀਨ ਤੋਂ ਲੈ ਕੇ ਉੱਚੀ ਐ ਇਹ ਤੁਹਾਨੂੰ ਆ ਹੁਣ ਇੱਥੋਂ ਸਹੀ ਨਜ਼ਰ ਆ ਰਹੀ ਹੋਣੀ ਇਹ ਦੀਵਾਰ ਦੀ ਲੈਂਥ ਜਿਹੜੀ ਦੇਖੋ ਜਨਾਬ ਮਾਸ਼ਾਅੱਲਾ ਕਿੰਦੀ ਜ਼ਬਰਦਸਤ ਚੀਜ਼ ਲੱਗਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਕਿ ਇਹਦੀ ਦੂਸਰੀ ਸਾਈਡ ਵੀ ਦਿਖਾਵਾਂ ਆ ਜਿਨ੍ਹਾਂ ਨੇ ਆਊਟ ਸਾਈਡ ਤੇ ਕੰਮ ਸ਼ੁਰੂ ਕਰਨਾ ਸੀ ਤੇ ਉਹ ਦੇਖਦੇ ਆ ਇਹ ਕਿ ਇਹਨਾਂ ਨੇ ਸਟਾਰਟ ਇਧਰੋਂ ਲਿਆ ਕੇ ਨਹੀਂ ਆਏ ਜਨਾਬ ਇਹ ਵੇਖੋ ਇਤਨਾ ਤੁਹਾਨੂੰ ਮੈਂ ਇਹਦਾ ਡਿਫਰੈਂਸ ਦਿਖਾਵਾਂ ਫਰਕ ਤੁਹਾਨੂੰ ਦਿਖਾਨਾ ਜਨਾਬ ਇਹ ਦੇਖੋ ਜਨਾਬ ਆ ਜਿੱਦਾਂ ਡਰਮ ਪਿਆ ਇਹ ਦੀਵਾਰ ਹੁਣ ਤਾਜ਼ਾ ਲਿਪੀ ਹੋਈ ਆ ਤੇ ਤੇ ਦੂਸਰੀ ਸਾਈਡ ਵਾਲੀ ਜਿਹੜੀ ਦੀਵਾਰ ਆ ਉਹ ਹੋਈਏ ਇਹਨਾਂ ਨੇ ਤਿਆਰ ਕਰਨੀ ਆ ਇਹ ਸਾਲ 2 ਸਾਲ ਬਾਅਦ ਜਿਹੜਾ ਵਾ ਇਹ ਲਪਾਈ ਜ਼ਰੂਰੀ ਹੁੰਦੀ ਆ ਮਾਸ਼ੱਲਾ ਦੇਖ ਲਓ ਸਾਲ ਤੋਂ ਬਾਅਦ ਵੀ ਮੇਰੀ ਜਿਹੜੀ ਆ ਦੀਵਾਰਾਂ ਦੀ ਕੰਡੀਸ਼ਨ ਜਿਹੜੀ ਆ ਉਹ ਕਿੱਡੀ ਬਿਹਤਰੀਨ ਆ ਲੇਕਿਨ ਫਿਰ ਵੀ ਜਿਹੜਾ ਵਾ ਮੈਂ ਇਹਨੂੰ ਆਪਣਾ ਜਿੱਦਾਂ ਦੇ ਵੀ ਕੰਡੀਸ਼ਨ ਮੈਂ ਇਹਨੂੰ ਲਪਾਈ ਕਰਵਾ ਦਿਨਾ ਆ ਦੇਖੋ ਜਨਾਬ ਠੀਕ ਹੈ ਜੀ ਹੁੰਦਰ ਮੈਂ ਅਗਲੀ ਸਾਈਡ ਤੋਂ ਦਿਖਾਨਾ ਇੰਦੇ ਇਸ ਜਗ੍ਹਾ ਤੇ ਥੋੜਾ ਜਿਹਾ ਮਸਲਾ ਹੈ ਐਸੀ ਕਿਉਂਕਿ ਇੱਥੇ ਕਾਸ਼ਾ ਸੀ ਜਗ੍ਹਾ ਨਰਮ ਸੀ ਐਸ ਜਗ੍ਹਾ ਤੋਂ ਤੇ ਲੇਕਿਨ ਹੁਣ ਜਿਹੜਾ ਵੇ ਐਸ ਜਗ੍ਹਾ ਤੋਂ ਇਹ ਲੇਕਿਨ ਹੁਣ ਜਿਹੜਾ ਹੈ ਕਾਫੀ ਬਿਹਤਰ ਹੋ ਗਿਆ ਹੈ ਸਾਲ ਬਾਅਦ ਡੇਢ ਸਾਲ ਬਾਅਦ ਥੋੜਾ ਮੋਟਾ ਜਿਹੜਾ ਹਲਕਾ ਫੁਲਕਾ ਕੰਮ ਨਿਕਲਦਾ ਰਹਿੰਦਾ ਹੈ ਇੰਨੇ ਤੱਕ ਕੋਈ ਨਹੀਂ ਖੈਰ ਹੁੰਦੀ ਲੇਕਿਨ ਕਰਵਾਣਾ ਲਾਜ਼ਮੀ ਹੁੰਦਾ ਹੈ ਜ਼ਰੂਰੀ ਹੁੰਦਾ ਕਰਵਾਣਾ ਨਹੀਂ ਤੇ ਇਥੋਂ ਹੀ ਪਾਣੀ ਪਾ ਕੇ ਦੀਵਾਰ ਜਿਹੜੀ ਆ ਉਹ ਖਰਾਬ ਹੋ ਸਕਦੀ ਇਹਨੂੰ ਸਿਰਫ ਔਰ ਸਿਰਫ ਪਾਣੀ ਜਿਹੜਾ ਉਹ ਖਰਾਬ ਕਰਦਾ ਹੋਰ ਕੋਈ ਵੀ ਚੀਜ਼ ਜਿਹੜੀ ਇਹਨੂੰ ਖਰਾਬ ਨਹੀਂ ਕਰਦੀ ਅੱਲਾ ਦੀ ਮਿਹਰਬਾਨੀ ਨਾਲ ਇਹ ਦੇਖੋ ਜੀ ਇਹ ਵੀ ਦੀਵਾਰ ਬਾਹਲੀ ਸਾਈਡ ਤੋਂ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਕਿ ਇਹਦੇ ਅੰਦਰਲੀ ਸਾਈਡ ਤੇ ਸੀਮੈਂਟ ਦੀ ਦੀਵਾਰ ਤੇ ਇਹ ਬਾਹਰਲੀ ਸਾਈਡ ਤੇ ਜਨਾਬ ਇਹ ਅਸੀਂ ਵੀ ਮਿੱਟੀ ਦੀ ਦੀਵਾਰ ਕੀਤੀ ਹੋਈ ਆ ਪਿੰਡਾਂ ਥਾਵਾਂ ਤੇ ਹਈਏ ਵੀ ਲੋਕਾਂ ਨੇ ਇਦਾਂ ਹੀ ਦੀਵਾਰਾਂ ਕੀਤੀਆਂ ਹੋਈਆਂ ਨੇ ਅੰਦਰਲੀ ਸਾਈਡ ਤੇ ਸੀਮੈਂਟ ਦੀ ਦੀਵਾਰ ਬਣਾਈ ਹੁੰਦੀ ਤੇ ਬਾਹਰਲੀ ਸਾਈਡ ਤੇ ਜਿਹੜਾ ਵਾ ਸਿਕਿਉਰਿਟੀ ਪਰਪਸ ਵਾਸਤੇ ਜਿਹੜਾ ਵਾ ਉਹ ਮਿੱਟੀ ਦੀ ਦੀਵਾਰ ਆਉਂਦੀ ਐ ਦੇਖੋ ਜਨਾਬ ਐ ਤੋੜ ਮਿੱਟੀ ਦੀ ਦੀਵਾਰ ਠੀਕ ਹੈ ਜਨਾਬ ਉਸ ਤੋਂ ਬਾਅਦ ਇਨਸ਼ਾਅੱਲਾ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਐ ਜਗ੍ਹਾ ਜਿਹੜੀ ਆਪਾਂ ਅਸੀਂ ਬਰਾਬਰ ਕਰਾਂਗੇ ਇਨਸ਼ਾਅੱਲਾ ਉਹ ਸਾਹਮਣੇ ਲਈ ਦੀਵਾਰ ਤੱਕ ਇਨਸ਼ਾਅੱਲਾ ਇਹਨੂੰ ਬਰਾਬਰ ਕਰਕੇ ਲੈਵਲ ਕਰਵਾਵਾਂਗੇ ਤੇ ਉਹਦੀ ਵੀਡੀਓ ਵੀ ਇਨਸ਼ਾਅੱਲਾ ਅਸੀਂ ਇਹ ਚੈਨਲ ਤੇ ਜਿਹੜਾ ਵਾ ਜਲਦ ਹੀ ਲੈ ਕੇ ਆਵਾਂਗੇ ਤੁਹਾਨੂੰ ਹੁਣ ਮੈਂ ਅੰਦਰ ਦਾ ਵੀਊ ਇੱਕ ਵਾਰ ਦਿਖਾਨਾ ਇਹ ਸਾਡਾ ਜਨਾਬ ਇਧਰੋਂ ਬਾਹਰਲੀ ਸਾਈਡ ਤੇ ਇਹ ਸਾਡਾ ਰਕਬਾ ਇਧਰਲੀ ਸਾਈਡ ਤੇ ਉਹ ਦੋ ਕਿल्ले ਛੱਡ ਕੇ ਅਗਲਾ ਕਿਲਾ ਜਿਹੜਾ ਉੱਥੋਂ ਸਾਡਾ ਰਕਬਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਇਸ ਤੋਂ ਇਹ ਗੇਟ ਇੱਥੇ ਰਖਾਇਆ ਤਾਂ ਕਿ ਜਾਨਵਰਾਂ ਵਾਸਤੇ ਪੱਠੇ ਛੱਠੇ ਲੈਣੇ ਹੋਣ ਤੇ ਆਸਾਨੀ ਨਾਲ ਜਾਇਆ ਜਾ ਸਕੇ ਦੱਲੀ ਸਾਈਡ ਤੇ ਜਨਾਬ ਸੜਕ ਹੈਗੀ ਤੋੜ ਉਹ ਅਗਲੀ ਸੜਕ ਤੱਕ ਜਿੱਥੇ ਬਾਸ ਨਜ਼ਰ ਆ ਰਿਹਾ ਹੈ ਲੇਕਿਨ ਇਹ ਸੜਕ ਦੀ ਫਿਲਹਾਲ ਹਾਲਾਤ ਇਦਾਂ ਦੇ ਨੇ ਕਿ ਇੱਥੇ ਗੁਜ਼ਰਨਾ ਵੀ ਮੁਸ਼ਕਲ ਹੈ ਇਨਸ਼ਾਅੱਲਾ ਇਹ ਜਦੋਂ ਇਹਲਾ ਪਲਾਟ ਥੋੜਾ ਜਿਹਾ ਸਿੱਧਾ ਕਰਾਂਗੇ ਤੇ ਇਹ ਸੜਕ ਵੀ ਜਿਹੜੀ ਆਏ ਸਿੱਧੀ ਕਰਾਂਗੇ ਤੁਹਾਨੂੰ ਅੰਦਰੋਂ ਦਿਖਾਣੇ ਆ ਜਨਾਬ ਇੰਟਰਵਿਊ ਇਹ ਦੇਖੋ ਜਨਾਬ ਬੰਦੇ ਲੱਗੇ ਨੇ ਕੰਮ ਕਰਨ ਇਨਸ਼ਾਅੱਲਾ ਉਸ ਤੋਂ ਬਾਅਦ ਜਿਹੜਾ ਅੱਗੇ ਕਰਦੇ ਆ ਇੱਕ ਮਿੰਟ ਜਾਰ ਅਸਲਾਮੁਅਲੈਕੁਮ ਕਿੱਸੇ ਆਲ ਹਮਦੁਲਿਲਾ ਤੁਸੀਂ ਸੁਣਾਓ ਪੇਜ਼ਾ ਲੋ ਜਨਾਬ ਇਨਸ਼ਾਅੱਲਾ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਉਹ ਦੱਸਾਵਾਂਗੇ ਇਨਸ਼ਾਅੱਲਾ ਅਗਲੇ ਵੀਡੀਓ ਦੇ ਵਿੱਚ ਜਿਹੜਾ ਵਾ ਜਨਾਬਾ ਦੇਖੋ ਇੱਥੋਂ ਵੀ ਉਹ ਲੋ ਜਨਾਬਾ ਦੇਖੋ ਜ਼ਰਾ ਇਨਸ਼ਾਅੱਲਾ ਥੋੜੇ ਦਿਨਾਂ ਤੱਕ ਆਪਾਂ ਇਹਨੂੰ ਵੀ ਲੈਵਲ ਕਰਕੇ ਥੱਲੋਂ ਤੇ ਇੱਥੇ ਇੱਟਾ ਛਿੱਟਾ ਲਵਾਵਾਂਗੇ ਜਾਂ ਇਹਨੂੰ ਵੀ ਇਦਾਂ ਹੀ ਗਾਰੇ ਤੇ ਮਿੱਟੀ ਨਾਲ ਤਿਆਰ ਕਰਕੇ ਤੇ ਇਹਨੂੰ ਥੱਲੋਂ ਜਿਹੜਾ ਵਾ ਲਿਪ ਲਿਪ ਦਾਂਗੇ ਆ ਤੁਸੀਂ ਦੇਖ ਸਕਦੇ ਆਂ ਠੀਕ ਹੈ ਜਨਾਬ ਐਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਇਨਸ਼ਾਅੱਲਾ ਅਗਲੀ ਵੀਡੀਓ ਤੇ ਵਿੱਚ ਜਿਹੜਾ ਵਾ ਤੁਹਾਨੂੰ ਮੈਂ ਇਹਦੀ ਛੱਤ ਦਿਖਾਵਾਂਗਾ ਤੇ ਨਾਲ ਜਿਹੜਾ ਕੋਈ ਹੋਰ ਕੋ ਕੰਮ ਸ਼ਾ ਵੇ ਇਨਸ਼ਾਅੱਲਾ ਹੋਏਗਾ ਉਹ ਵੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜਨਾਬ ਅੱਲਾ ਹਾਫਿਜ਼ ਅੱਲਾ ਜ਼ਖਰਦ ਅੱਲਾ ਪਾਕ ਸਾਰੇ ਦੋਸਤਾਂ ਨੂੰ ਆਪਣੇ ਹਿਫਜ਼ ਤੇ ਇਮਾਨ ਚ ਰੱਖੇ ਤੇ ਜਿੰਨੇ ਵੀ ਇਲਾਕਿਆਂ ਦਾ ਵਿੱਚ ਸਦਸਲਾ ਆਇਆ ਵਾ ਅੱਲਾ ਪਾਕ ਉਹ ਸਾਰੇ ਲੋਕਾਂ ਦੇ ਜਿਹੜਾ ਵਾ ਮਦਦ ਫਰਮਾਏ ਅੱਲਾਹ ਪਾਕ ਉਹਨਾਂ ਤੇ ਰਹਿਮ ਆਪਣਾ ਕਰੇ ਆਪਣਾ ਕਰਮ ਕਰੇ ਆਪਣਾ ਫਜ਼ਲ ਅੱਲਾਹ ਪਾਕ ਉਹਨਾਂ ਲੋਕਾਂ ਤੇ ਕਰੇ ਆਮੀਨ ਸੁਮਾ ਆਮੀਨ